ਤਾਂ ਬੱਚਿਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਦਾ ਸਮਾਂ ਚੇਂਜ ਕਰ ਦਿੱਤਾ ਗਿਆ ਹੈ। ਜੀ ਹਾਂ, ਸਕੂਲਾਂ ਦੇ ਸਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਹੀਟ ਵੇਵ, ਯਾਨੀ ਕਿ ਕੱਲ੍ਹ ਤੋਂ ਲੈ ਕੇ ਆਉਣ ਵਾਲੇ ਦਿਨਾਂ ਤੱਕ ਹੀਟ ਵੇਵ ਚੱਲੇਗੀ, ਜਿਸ ਦਾ ਬੱਚਿਆਂ 'ਤੇ ਬੁਰਾ ਅਸਰ ਹੋ ਸਕਦਾ ਹੈ। ਕਾਫੀ ਗਰਮ ਜਿਹੜੀ ਹੈ ਆਉਣ ਵਾਲੇ ਦਿਨ ਕਾਫੀ ਗਰਮ ਹੋਣਗੇ, ਜਿਸ ਕਰਕੇ ਬੱਚਿਆਂ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਭੇਜਿਆ ਜਾਵੇ, ਯਾਨੀ ਕਿ ਬੱਚਿਆਂ ਦੇ ਸਕੂਲ ਸਵੇਰ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ, ਉਸ ਤੋਂ ਬਾਅਦ ਕੋਈ ਵੀ ਸਕੂਲ ਨਹੀਂ ਖੁੱਲ੍ਹੇਗਾ। ਤਾਂ ਦੱਸ ਦਈਏ ਕਿ ਕੋਈ ਵੀ ਸਕੂਲ ਹੋਵੇ, ਪ੍ਰਾਈਵੇਟ, ਸਰਕਾਰੀ, ਹਰੇਕ ਸਕੂਲ ਦਾ ਸਮਾਂ 7 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ। ਅਤੇ ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਪ੍ਰਾਈਵੇਟ ਸਕੂਲ ਵਾਲੇ ਵੀ ਇਸ ਗੱਲ ਤੋਂ ਅਵੇਅਰ ਹੋ ਜਾਣ, ਉਹਨਾਂ ਤੱਕ ਇਹ ਗੱਲ ਪਹੁੰਚ ਜਾਵੇ ਕਿ ਬੱਚਿਆਂ ਨੂੰ ਸਵੇਰ 7 ਵਜੇ ਤੋਂ ਲੈ ਕੇ 12 ਵਜੇ ਤੱਕ ਬੁਲਾਉਣਾ ਹੈ। ਤਾਂ ਵੱਡੀ ਖਬਰ ਹੈ, ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਗਰਮੀਆਂ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਚੇਂਜ ਕਰ ਦਿੱਤਾ ਗਿਆ ਹੈ, ਬਦਲ ਦਿੱਤਾ ਗਿਆ ਹੈ। 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਖੁੱਲ੍ਹਣਗੇ। ਇਸ ਦਰਮਿਆਨ ਘੱਟ ਗਰਮੀ ਹੁੰਦੀ ਹੈ। 12 ਵਜੇ ਤੋਂ ਬਾਅਦ ਜਦ ਸਿਖਰ 'ਤੇ ਹੁੰਦਾ ਹੈ ਸੂਰਜ, ਉਸ ਵੇਲੇ ਤਾਪਮਾਨ ਬੇਹੱਦ ਤੇਜ਼ੀ ਦੇ ਨਾਲ ਵੱਧਦਾ ਹੈ ਅਤੇ ਬੱਚਿਆਂ ਨੂੰ ਉਸ ਚੀਜ਼ ਦਾ ਨੁਕਸਾਨ ਹੋ ਸਕਦਾ ਹੈ, ਤਾਂ ਕਰਕੇ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ। ਹਾਲਾਂਕਿ ਹਰੇਕ ਸਾਲ ਸਮਾਂ ਸਕੂਲਾਂ ਦਾ ਸਰਦੀਆਂ ਵੇਲੇ ਵੀ ਅਤੇ ਗਰਮੀਆਂ ਵੇਲੇ ਵੀ ਬਦਲਿਆ ਜਾਂਦਾ ਹੈ, ਪਰ ਇਸ ਵਾਰ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬਦਲ ਦਿੱਤਾ ਗਿਆ। 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਖੁੱਲ੍ਹਣਗੇ, ਉਸ ਤੋਂ ਬਾਅਦ ਕੋਈ ਵੀ ਸਕੂਲ ਨਹੀਂ ਖੁੱਲ੍ਹੇਗਾ। ਜੇਕਰ ਕੋਈ ਹੋਰ ਸਕੂਲ ਖੁੱਲ੍ਹਦਾ ਹੈ ਤਾਂ ਆਪਣੇ ਨੇੜਲੇ ਪੁਲਿਸ ਥਾਣੇ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ। ਤਾਂ ਬੱਚਿਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਦਾ ਸਮਾਂ ਚੇਂਜ ਕਰ ਦਿੱਤਾ ਗਿਆ ਹੈ। ਜੀ ਹਾਂ, ਸਕੂਲਾਂ ਦੇ ਸਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਹੀਟ ਵੇਵ, ਯਾਨੀ ਕਿ ਕੱਲ੍ਹ ਤੋਂ ਲੈ ਕੇ ਆਉਣ ਵਾਲੇ ਦਿਨਾਂ ਤੱਕ ਹੀਟ ਵੇਵ ਚੱਲੇਗੀ, ਜਿਸ ਦਾ ਬੱਚਿਆਂ 'ਤੇ ਬੁਰਾ ਅਸਰ ਹੋ ਸਕਦਾ ਹੈ। ਕਾਫੀ ਗਰਮ ਜਿਹੜੀ ਹੈ ਆਉਣ ਵਾਲੇ ਦਿਨ ਕਾਫੀ ਗਰਮ ਹੋਣਗੇ, ਜਿਸ ਕਰਕੇ ਬੱਚਿਆਂ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਭੇਜਿਆ ਜਾਵੇ, ਯਾਨੀ ਕਿ ਬੱਚਿਆਂ ਦੇ ਸਕੂਲ ਸਵੇਰ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ, ਉਸ ਤੋਂ ਬਾਅਦ ਕੋਈ ਵੀ ਸਕੂਲ ਨਹੀਂ ਖੁੱਲ੍ਹੇਗਾ। ਤਾਂ ਦੱਸ ਦਈਏ ਕਿ ਕੋਈ ਵੀ ਸਕੂਲ ਹੋਵੇ, ਪ੍ਰਾਈਵੇਟ, ਸਰਕਾਰੀ, ਹਰੇਕ ਸਕੂਲ ਦਾ ਸਮਾਂ 7 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ। ਅਤੇ ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਪ੍ਰਾਈਵੇਟ ਸਕੂਲ ਵਾਲੇ ਵੀ ਇਸ ਗੱਲ ਤੋਂ ਅਵੇਅਰ ਹੋ ਜਾਣ, ਉਹਨਾਂ ਤੱਕ ਇਹ ਗੱਲ ਪਹੁੰਚ ਜਾਵੇ ਕਿ ਬੱਚਿਆਂ ਨੂੰ ਸਵੇਰ 7 ਵਜੇ ਤੋਂ ਲੈ ਕੇ 12 ਵਜੇ ਤੱਕ ਬੁਲਾਉਣਾ ਹੈ। ਤਾਂ ਵੱਡੀ ਖਬਰ ਹੈ, ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਗਰਮੀਆਂ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਚੇਂਜ ਕਰ ਦਿੱਤਾ ਗਿਆ ਹੈ, ਬਦਲ ਦਿੱਤਾ ਗਿਆ ਹੈ। 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਖੁੱਲ੍ਹਣਗੇ। ਇਸ ਦਰਮਿਆਨ ਘੱਟ ਗਰਮੀ ਹੁੰਦੀ ਹੈ। 12 ਵਜੇ ਤੋਂ ਬਾਅਦ ਜਦ ਸਿਖਰ 'ਤੇ ਹੁੰਦਾ ਹੈ ਸੂਰਜ, ਉਸ ਵੇਲੇ ਤਾਪਮਾਨ ਬੇਹੱਦ ਤੇਜ਼ੀ ਦੇ ਨਾਲ ਵੱਧਦਾ ਹੈ ਅਤੇ ਬੱਚਿਆਂ ਨੂੰ ਉਸ ਚੀਜ਼ ਦਾ ਨੁਕਸਾਨ ਹੋ ਸਕਦਾ ਹੈ, ਤਾਂ ਕਰਕੇ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ। ਹਾਲਾਂਕਿ ਹਰੇਕ ਸਾਲ ਸਮਾਂ ਸਕੂਲਾਂ ਦਾ ਸਰਦੀਆਂ ਵੇਲੇ ਵੀ ਅਤੇ ਗਰਮੀਆਂ ਵੇਲੇ ਵੀ ਬਦਲਿਆ ਜਾਂਦਾ ਹੈ, ਪਰ ਇਸ ਵਾਰ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬਦਲ ਦਿੱਤਾ ਗਿਆ। 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਖੁੱਲ੍ਹਣਗੇ, ਉਸ ਤੋਂ ਬਾਅਦ ਕੋਈ ਵੀ ਸਕੂਲ ਨਹੀਂ ਖੁੱਲ੍ਹੇਗਾ। ਜੇਕਰ ਕੋਈ ਹੋਰ ਸਕੂਲ ਖੁੱਲ੍ਹਦਾ ਹੈ ਤਾਂ ਆਪਣੇ ਨੇੜਲੇ ਪੁਲਿਸ ਥਾਣੇ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ।